ਫਾਜ਼ਿਲਕਾ ਦੇ ਵਿੱਚ ਇਨੀ ਦਿਨੀ ਈਟੀਟੀ ਅਧਿਆਪਕਾਂ ਦਾ ਬੀਤੇ 23 ਤਰੀਕ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਜੋ ਕਿ ਹੁਣ ਦਫ਼ਤਰ ਤੋਂ ਬਾਹਰ ਨਿਕਲ ਕੇ ਹਾਈਵੇ ਤੇ ਪਹੁੰਚ ਗਿਆ। ਈਟੀਟੀ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਪੁਤਲੇ ਡੀਸੀ ਦਫ਼ਤਰ ਦੇ ਬਾਹਰ ਹਾਈਵੇ ਤੇ ਫੂਕੇ ਗਏ। ਇਸ ਮੌਕੇ ਅਧਿਆਪਕਾਂ ਨੇ ਆਰੋਪ ਲਗਾਇਆ ਕਿ ਉਹ 20 ਸਾਲ ਤੋਂ ਰੈਗੂਲਰ ਜੌਬ ਕਰ ਰਹੇ ਹਨ ਅਤੇ ਹੁਣ ਉਹਨਾਂ ਦੀ ਪ੍ਰਮੋਸ਼ਨ ਦਾ ਸਮਾਂ ਹੈ, ਜਿਸ ਦੇ ਸੰਬੰਧ ਵਿੱਚ 3 ਵਾਰ ਲੈਟਰ ਵੀ ਜਾਰੀ ਹੋ ਚੁੱਕਿਆ ਹੈ। ਪਰ ਐਨ ਸਮੇਂ ਤੇ ਵਿਭਾਗ ਦੇ ਵੱਲੋਂ ਟੈਕਨੀਕਲ ਖਾਮੀ ਦੀ ਗੱਲ ਆਖ ਉਹਨਾਂ ਦੀ ਪ੍ਰਮੋਸ਼ਨ ਰੋਕ ਦਿੱਤੀ ਜਾਂਦੀ ਹੈ। ਬੀਤੀ 23 ਫਰਵਰੀ ਨੂੰ ਉਹਨਾਂ ਦੇ ਵੱਲੋਂ ਸਿੱਖਿਆ ਵਿਭਾਗ ਦੇ DFO ਨਾਲ ਇਸ ਸੰਬੰਧ 'ਚ ਗੱਲਬਾਤ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਲਗਾਤਾਰ 5 ਦਿਨ ਹੋ ਚੁੱਕੇ ਨੇ DO ਸਾਹਿਬ ਦਫ਼ਤਰ 'ਚ ਨਹੀਂ ਪਹੁੰਚੇ, ਲਿਹਾਜ਼ਾ ਹੁਣ ਉਹਨਾਂ ਨੂੰ ਮਜਬੂਰਨ ਹੋ ਕੇ ਧਰਨਾ ਪ੍ਰਦਰਸ਼ਨ DC ਦਫ਼ਤਰ ਬਾਹਰ ਮੇਨ ਹਾਈਵੇ ਤੇ ਕਰਨਾ ਪੈ ਰਿਹਾ ਹੈ। ਸਰ, ਜ਼ਿਲ੍ਹਾ ਫਾਜ਼ਿਲਕਾ ਦੇ ETT ਅਧਿਆਪਕ ਪਿਛਲੀ 23 ਤਰੀਕ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਦੇ ਲਈ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਦੇ ਬਾਹਰ ਧਰਨਾ ਲਗਾ ਰਹੇ ਸੀ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਸ ਤੋਂ ਬਾਅਦ DO ਸਾਹਿਬ ਦਫ਼ਤਰ ਨਹੀਂ ਪਹੁੰਚੇ, ਜਿਸ ਕਰਕੇ ਕਿਸੇ ਨੇ ਵੀ ਇਹਨਾਂ ਅਧਿਆਪਕਾਂ ਦੀ ਆਵਾਜ਼ ਨਹੀਂ ਸੁਣੀ। ਉਸ ਤੋਂ ਦੁਖੀ ਹੋ ਕੇ ਅੱਜ ਅਧਿਆਪਕਾਂ ਨੇ ਹਾਈਵੇ ਜਾਮ ਕੀਤਾ ਅਤੇ ਇੱਥੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾ ਰਹੇ ਨੇ। ਸਰ, ਅੱਗੇ ਦੀ ਕੀ ਰਣਨੀਤੀ ਹੋਏਗੀ ਅਧਿਆਪਕਾਂ ਦੀ, ਜੇਕਰ ਸਰਕਾਰ ਤੁਹਾਡੀ ਮੰਗ ਨਹੀਂ ਮੰਨਦੀ ਹੈ ਤੇ ਅੱਗੇ ਤੁਹਾਡੀ ਕੀ ਪਲੈਨਿੰਗ ਹੈ? ਸਰ, ਜ਼ਿਲ੍ਹਾ ਲੈਵਲ ਤੇ ਅਸੀਂ ਅੱਜ ਪੁਤਲਾ ਫੂਕਣ ਦਾ ਪ੍ਰੋਗਰਾਮ ਕਰ ਰਹੇ ਹਾਂ। ਹੁਣ ਸਾਡੀ ਸੂਬਾ ਕਮੇਟੀ ਵੱਖ-ਵੱਖ ਜਥੇਬੰਦੀਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਿੱਚ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਇਸ ਐਜੀਟੇਸ਼ਨ ਨੂੰ ਅਸੀਂ ਪੰਜਾਬ ਲੈਵਲ ਦੇ ਉੱਪਰ ਵੀ ਹਰ ਜ਼ਿਲ੍ਹੇ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ। ਹਾਂਜੀ ਸਰ ਜੀ, ਇਹ ਸਾਡਾ ਜਿਹੜਾ 8 ਮਹੀਨਿਆਂ ਤੋਂ ਪਿੱਛੋਂ ਵਾਰੋ ਵਾਰ ਅਸੀਂ DO ਸਾਹਿਬ ਨੂੰ ਮਿਲਦੇ ਰਹੇ ਹਾਂ ਵੀ ਜੋ 20-20 ਸਾਲ ETT ਤੌਰ ਤੇ ਜੌਬ ਕਰ ਰਹੇ ਹਨ ਉਹਨਾਂ ਦਾ ਬਣਦਾ ਹੱਕ ETT ਤੋਂ HT ਪ੍ਰਮੋਸ਼ਨ, ਜੋ 60 ਦੀ ਲਿਸਟ 3 ਵਾਰ ਇਹਨਾਂ ਨੇ ਕੱਢੀ, 3 ਵਾਰ ਉਸ ਨੂੰ ਚੈੱਕ ਕੀਤਾ। ਅਸੀਂ 23 ਤਰੀਕ ਨੂੰ ਇਹਨਾਂ ਨੂੰ ਮਿਲਿਆ ਵੀ ਤੁਸੀਂ ਇਹਨਾਂ ਨੂੰ ਦੁਬਾਰਾ, ਜੋ ਇਹ ਪ੍ਰਸ਼ਾਸਨ DO ਸਾਹਿਬ ਕਹਿ ਰਿਹਾ ਨਾ ਵੀ ਸਾਨੂੰ ਤਕਨੀਕੀ ਕਾਰਨਾਂ ਕਰਕੇ ਲਿਸਟ ਜਿਹੜੀ ਜਾਰੀ ਨਹੀਂ ਕਰ ਸਕਦੇ, ਉਹਨਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ। ਅਸੀਂ ਇਹਨੂੰ ਪੁੱਛਿਆ ਵੀ ਉਹ ਕਿਉਂ ਕਾਰਨ ਹਨ, ਪਰ ਉਹਨਾਂ ਦੱਸਣ ਤੋਂ ਨਾ ਕਰ ਦਿੱਤੀ ਅਤੇ ਸਾਨੂੰ ਮਜਬੂਰੀ ਵਾਸਤੇ ਧਰਨਾ ਲਾ ਰਹੇ ਸੀ। ਅਤੇ ਫਿਰ DO ਸਾਹਿਬ 5 ਦਿਨਾਂ ਤੋਂ ਗੈਰ ਹਾਜ਼ਰ ਹਨ, ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਵੀ ਨਹੀਂ ਹਨ। ਸੋ ਇਸ ਲਈ ਸਾਡਾ ਮਜਬੂਰੀ ਬਾਅਦ ਸਾਨੂੰ ਆਪਦੇ ਦਫ਼ਤਰ ਤੋਂ ਬਾਹਰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਜੇਕਰ ਇਹ ਧਰਨਾ ਅੱਜ ਸਾਡੀ ਗੱਲ ਨਹੀਂ ਸੁਣਦੇ ਤਾਂ ਅਸੀਂ ਪੂਰੇ ਪੰਜਾਬ ਲੈਵਲ 'ਤੇ ਆਪਦੇ ਅਧਿਕਾਰ, ਜੋ ਵੀ ਸਾਡੀ ਸੂਬਾ ਕਮੇਟੀ ਹੈ, ਜੋ ਵੀ ਸਾਨੂੰ ਆਦੇਸ਼ ਦਿੰਦੇ ਹਨ, ਅਸੀਂ ਧਰਨਾ ਹੋਰ ਅੱਗੇ ਲਿਜਾਵਾਂਗੇ। ਇਹ ਅਖਾੜਾ ਬਣ ਜਾਏਗਾ ਫਾਜ਼ਿਲਕਾ। ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਜੇਕਰ ਤੁਸੀਂ ਦਰਦਰ ਦੀਆਂ ਠੋਕਰਾਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਮਹਾਕਾਲੀ ਜੋਤਿਸ਼ ਕੇਂਦਰ ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ, ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਓ ਨਾ, ਮਹਾਕਾਲੀ ਜੋਤਿਸ਼ ਕੇਂਦਰ ਕੋਲ ਆਓ ਅਤੇ ਆਪਣੀ ਹਰ ਸਮੱਸਿਆ ਤੋਂ ਛੁਟਕਾਰਾ ਪਾਓ। ਵਸ਼ੀਕਰਨ ਸਪੈਸ਼ਲਿਸਟ, ਲਵ ਮੈਰਿਜ ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ ਕਰਜ਼ੇ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਕਾਰੋਬਾਰ ਵਿੱਚ ਘਾਟਾ, ਲਾਟਰੀ ਨੰਬਰ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਦਿ ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ। ਤੁਸੀਂ ਰੋਂਦੇ ਹੋਏ ਆਓਗੇ ਅਤੇ ਹੱਸਦੇ ਹੋਏ ਜਾਓਗੇ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਤਾਂ ਫਿਰ ਸੋਚਣਾ ਛੱਡੋ, ਅੱਜ ਹੀ ਆਓ ਮਹਾਕਾਲੀ ਜੋਤਿਸ਼ ਕੇਂਦਰ। ਮੋਬਾਈਲ ਨੰਬਰ 70079 48 870।